ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਐਜ਼ੋਮੈਟ ਕੀ ਸਲੂਸ਼ਨ ਤੇ ਹਰ ਇੱਕ ਖਬਰ ਤੁਹਾਡੀ ਨਾਜ਼ਰ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਆਇਆਂਗੇ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਉੱਤੇ ਸਾਰੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ ਸਭ ਤੋਂ ਪਹਿਲੀ ਖਬਰ ਹੈ ਖੇਤੀ ਕਾਨੂੰਨ ਵਿਰੋਧ ਸੰਘਰਸ਼ ਕਰੇ ਇੱਕ ਹੋਰ ਕਿਸਾਨ ਦੀ ਹੈ ਜਿਹੜੀ ਉਹ ਮੌਤ ਹੋ ਚੁੱਕੀ ਆ ਸਿਨੇਮਾ ਹਾਲ ਖੁੱਲਣ ਤੇ ਪੇਟੀਐਮ ਨੇ ਕੀਤੀ ਪੇਸ ਖਾਸ ਆਫਰਸ ਇੱਕ ਟਿਕਟ ਖਰੀਦਣ ਤੇ ਦੂਜੀ ਟਿਕਟ ਬਿਲਕੁਲ ਫ੍ਰੀ 3 ਨਵੰਬਰ ਦੀ ਚੋਣ ਜੇ ਮੈਂ ਹਾਰ ਜਾਂਦਾ ਹਾਂ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਦੇਸ਼ ਟਰੰਪ ਕੋਵਿਡ-19 ਅੱਜ ਸ਼ਨੀਵਾਰ ਸਵੇਰੇ ਵਿੱਚ 427 ਪੋਜ਼ਿਟਿਵ ਤੇ 19 ਮੌਤਾਂ ਖਾਲਿਸਤਾਨ ਦਾ ਪੋਸਟਰ ਲਗਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਿਸਾਨ ਦੇ ਅੰਦੋਲਨ ਚੱਲਦੇ ਆ ਪੰਜਾਬ ਕੋਲ ਬਚਿਆ ਸਿਰ ਪੰਜ ਦਿਨ ਦਾ ਕੋਲਾ ਲੱਗਣਗੇ ਭਾਰੀ ਬਿਜਲੀ ਕੱਟ ਆਸ਼ੂ ਖਾਲਿਸਤਾਨ ਦੇ ਪੋਸਟਰ ਲਗਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰਨ ਲਈ ਖੇਤੀਬਾੜੀ ਮੰਤਰੀ ਵੱਲੋਂ ਜਲਦੀ ਹੀ ਦਿੱਤਾ ਜਾਵੇਗਾ ਸੱਦਾ ਰੂਪਨਗਰ ਦੇ ਜ਼ਿਲ੍ਹੇ ਦੇ 268 ਸਕੂਲ ਸਰਕਾਰੀ ਸਕੂਲਾਂ ਨੂੰ ਬੂਸਟਰ ਕਲੱਬ ਬਣਾਇਆ ਮంత్రి ਬੋਲੇ 3 ਘੰਟੇ ਸਕੂਲ ਖੋਲਣਗੇ ਮੈਕਮ ਨੇ ਜਾਰੀ ਕੀਤਾ 6 ਘੰਟੇ ਦਾ ਸ਼ਡਿਊਲ ਅਧਿਆਪਕ ਦੋ ਚਿੱਤੀ ਚ ਨੈਕਸਟ ਗੱਲ ਕਰਾਂਗੇ ਜੀ ਖੇਤੀ ਕਾਨੂੰਨੀ ਰੱਦ ਕਰਾਉਣ ਲਈ ਖੇਂਦਰ ਦੇ ਭਾਵਾਂਗੇ ਦਵਾ ਰਾਹੁਲ ਗਾਂਧੀ ਤੇ ਕੈਪਟਨ ਮਿੰਦਰ ਸਿੰਘ ਵੱਲੋਂ ਅਹਿਦ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਸਭ ਤੋਂ ਪਹਿਲਾਂ ਆਪਣੇ ਫੋਨ 'ਚ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਥੈਂਕ ਯੂ